ਬੈਰੀਗੇਟ ਦੇ ਸਭ ਤੋਂ ਨੇੜੇ ਖੜਿਆ ਰਹਿੰਦਾ ਇੱਕ ਕਿਸਾਨਾਂ ਦਾ ਇਹ ਬਲੈਕ ਮਾਂਬਾ ਟਰੈਕਟਰ। ਇਸ ਜੁਗਾੜ ਮੂਰੇ ਅਥਰੂ ਗੈਸ ਫੇਲ ਹੈ। ਜੀ ਹਾਂ, ਤਸਵੀਰ ਦੇ ਵਿੱਚ ਦੇਖ ਰਿਹਾ ਤੁਹਾਨੂੰ ਕਾਲੇ ਰੰਗ ਦਾ ਇਹ ਟਰੈਕਟਰ। ਮੋਹਾਲੀ ਦੇ ਕਿਸਾਨ ਨੇ ਇਸ ਨੂੰ 1992 ਮਾਡਲ ਤੋਂ ਮੋਡੀਫਾਈ ਕਰਾ ਕੇ 35 ਹੌਸ ਪਾਵਰ ਤੋਂ 80 ਹੌਸ ਪਾਵਰ ਦਾ ਬਣਵਾਇਆ। ਇਸ ਦੇ ਪਿੱਛੇ ਝੋਨੇ ਨੂੰ ਛਾਂਟਣ ਵਾਲਾ ਪੱਖਾ ਲਗਵਾਇਆ। ਉਹ ਪੱਖੇ ਦੀ ਹਵਾ ਇੰਨੀ ਤੇਜ਼ ਹੈ, ਅਥਰੂ ਗੈਸ ਵੀ ਉਸ ਹਵਾ ਮੂਰੇ ਫੇਲ ਹੈ, ਤਾਂ ਉਸ ਪੱਖੇ ਦਾ ਮੂੰਹ ਇਸ ਕਿਸਾਨ ਦੇ ਵੱਲੋਂ ਪੁਲਿਸ ਵੱਲ ਨੂੰ ਰੱਖਿਆ ਗਿਆ। ਜਿਵੇਂ ਹੀ ਪੁਲਿਸ ਅਥਰੂ ਗੈਸ ਦੇ ਗੋਲੇ ਦਾਗਦੀ ਹੈ, ਨਾਲ ਦੀ ਨਾਲ ਇਹ ਪੱਖਾ ਚਲਾ ਦਿੰਦੇ ਨੇ ਅਤੇ ਸਾਰਾ ਧੂੰਆਂ ਪੁਲਿਸ ਵੱਲ ਨੂੰ ਹੀ ਹੋ ਜਾਂਦਾ ਹੈ। ਤਾਂ ਬੈਰੀਕੇਡ ਦੇ ਸਭ ਤੋਂ ਨੇੜੇ 24/7 ਇਹ ਬਲੈਕ ਮਾਂਬਾ ਨਾਮ ਦਾ ਟਰੈਕਟਰ ਰੱਖਿਆ ਹੋਇਆ ਹੈ। ਦਰਅਸਲ ਮੋਹਾਲੀ ਦੇ ਇੱਕ ਕਿਸਾਨ ਦਾ ਇਹ ਟਰੈਕਟਰ ਹੈ। ਅਫਰੀਕਾ ਦੇ ਵਿੱਚ ਪਾਏ ਜਾਣ ਵਾਲੇ ਸਭ ਤੋਂ ਖਤਰਨਾਕ ਸੱਪ ਬਲੈਕ ਮਾਂਬਾ, ਜੋ ਕਿ ਕਾਫੀ ਜ਼ਹਿਰੀਲਾ ਸੱਪ ਹੁੰਦਾ ਹੈ, ਉਸਦੇ ਨਾਮ 'ਤੇ ਇਸ ਟਰੈਕਟਰ ਦਾ ਨਾਮ ਰੱਖਿਆ ਗਿਆ ਅਤੇ ਇਸ ਨੂੰ ਸ਼ੰਭੂ ਬਾਰਡਰ 'ਤੇ ਸਭ ਤੋਂ ਮੂਹਰੇ ਖੜਾਇਆ ਗਿਆ ਹੈ। ਦੱਸ ਦਈਏ ਕਿ ਇਹ ਟਰੈਕਟਰ ਸਵਰਾਜ 755 ਹੈ, 1992 ਮਾਡਲ ਦਾ ਇਹ ਟਰੈਕਟਰ ਹੈ। ਮੋਹਾਲੀ ਦੇ ਕਿਸਾਨ ਦੇ ਬਜ਼ੁਰਗਾਂ ਨੇ ਇਸ ਨੂੰ ਖਰੀਦਿਆ ਸੀ ਤਾਂ ਉਸਨੇ ਸ਼ੌਂਕੀ ਤੌਰ 'ਤੇ ਇਸ ਨੂੰ ਤਿਆਰ ਕਰਵਾਇਆ ਅਤੇ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਲਈ ਸਭ ਤੋਂ ਮੂਹਰੇ ਖੜਿਆ ਹੈ ਇਹ ਬਲੈਕ ਮਾਂਬਾ। ਮੋਹਾਲੀ ਦੇ ਕਿਸਾਨਾਂ ਨੇ ਤਿਆਰ ਕਰਵਾਇਆ ਹੈ। ਇਸ ਦੇ ਪਿੱਛੇ ਝੋਨੇ ਦੇ ਤੋਂ ਧੂੜ ਕੱਢਣ ਦੇ ਲਈ ਜਿਹੜਾ ਪੱਖਾ ਲੱਗਿਆ ਹੁੰਦਾ ਹੈ ਉਹ ਲਗਵਾਇਆ ਗਿਆ ਸਪੈਸ਼ਲੀ, ਅਤੇ ਉਸਦੀ ਪਾਵਰ ਇੰਨੀ ਹੁੰਦੀ ਹੈ ਕਿ ਸਾਰਾ ਧੂੰਆਂ ਪੁਲਿਸ ਵੱਲ, ਜੋ ਕਿ ਅਥਰੂ ਗੈਸ ਦਾ ਧੂੰਆਂ ਹੈ, ਸਾਰਾ ਧੂੰਆਂ ਪੁਲਿਸ ਦੇ ਵੱਲ ਹੀ ਜਾਂਦਾ ਹੈ। ਤਾਂ ਬੈਰੀਕੇਡ ਦੇ ਸਭ ਤੋਂ ਨੇੜੇ ਇਹ ਬਲੈਕ ਮਾਂਬਾ ਖੜਿਆ। ਤਸਵੀਰਾਂ ਬਾਰ ਬਾਰ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਅੱਜ ਝੜਪ ਹੋਈ ਹੈ, ਤਾਂ ਝੜਪ ਦੇ ਵਿੱਚ ਵੀ ਸਭ ਤੋਂ ਨੇੜੇ ਕੋਈ ਟਰੈਕਟਰ ਖੜਿਆ ਹੈ ਬੈਰੀਕੇਡਾਂ ਦੇ, ਅਤੇ ਉਹ ਬਲੈਕ ਮਾਂਬਾ ਹੀ ਹੈ।